ਸੋ ਇਹ ਤਾਂ ਸੁਣਿਆ ਤੁਸੀਂ ਪੰਜਾਬ ਸਰਕਾਰ ਦੇ ਮੰਤਰੀ ਜੋ ਪੈਨਸ਼ਨ ਸਕੀਮ ਦੀ ਰਕਮ 250 ਤੋਂ ਵਧਾ ਕੇ 500 ਰੁਪਏ ਕਰਨ ਦੇ ਵਿੱਚ ਕਾਫੀ ਖੁਸ਼ੀ ਵੀ ਮਹਿਸੂਸ ਕਰ ਰਹੇ ਨੇ ਤੇ ਸੋਚ ਰਹੇ ਨੇ ਕਿ ਉਹਨਾਂ ਆਮ ਲੋਕਾਂ ਦੇ ਲਈ ਬਹੁਤ ਵੱਡੀ ਰਕਮ ਦੇ ਦਿੱਤੀ ਹੈ ਪਰ ਗਰੀਬ ਜਨਤਾ ਦਾ ਸਿਰਫ ਇੱਕ ਹੀ ਸਵਾਲ ਹੈ ਕਿ ਕਿਵੇਂ ਹੋਵੇਗਾ 500 ਰੁਪਏ ਦੇ ਨਾਲ ਗੁਜ਼ਾਰਾ ਬਾੜੀ ਜੂ ਖਰਾਬ ਆ ਗਈ ਬਤ ਕੋਈ ਚਾਹੁੰਦਾ ਨਹੀਂ ਕੰਮ ਕਰ ਕਰਕੇ ਖਾਂਦੇ ਕੋਈ ਚਾਹੁੰਦਾ ਨਹੀਂ ਸਾਡੇ ਉਰੇ ਆਉਣ ਤੋਂ ਲੱਗ ਗਏ ਢਾਈ ਢਾਈ ਸੌ ਰੁਪਈਆ ਬਸ ਕਹਿੰਦੇ ਸੀ 700 ਆ ਗਿਆ ਚਾਰ ਛੇ ਮਹੀਨਿਆਂ ਦਾ 500 ਆ ਗਿਆ ਬਸ ਕਿਤੇ ਪੂਰੀ ਕਹਿੰਦੇ ਨਹੀਂ ਸੀ ਬਸ ਇੰਨੀ ਆਈ ਇੰਨੀ ਆਈ ਇੰਨੀ ਆਈ ਖੁਸ਼ ਤਾਂ ਹਾਂਗੇ ਜੇ ਦੇਣਗੇ ਫਿਰ ਹੀ ਖੁਸ਼ ਹਾਂ ਮੇਰੀ ਤਾਂ ਜੇ ਆਈ ਨਹੀਂ ਇਹਨਾਂ ਨੂੰ ਕਿਹਾ ਸੀ ਆਹਦੇ ਆਈ ਨਹੀਂ ਅਜੇ ਕੱਟੀ ਗਈ ਮੈਂ ਉਹਨਾਂ ਦੇ ਕੋਲ ਗਈ ਅਤੇ ਉਹ ਆਪਦੇ ਸਰਪੰਚ ਨੂੰ ਲਿਆਇਆ ਨਾਲ ਮੈਂ ਕਿਹਾ ਹਾਂ ਆਇਆ ਮੈਂ ਉਹਦੇ ਕੋਲ ਆਈ ਸਰਪੰਚ ਕੋਲ ਮੈਂ ਪੁੱਤ ਤੈਨੂੰ ਸੱਦਿਆ ਉੱਥੇ ਆ ਗਿਆ ਹੀ ਨਹੀਂ ਮੈਂ ਜ਼ੋਰ ਲਾ ਹਟੇ ਕਿੰਨੀ ਚਾਹੀਦੀ ਬੰਦਾ ਅਸੀਂ ਸ਼ੂਗਰ ਦੇ ਮਰੀਜ਼ ਸਾਡੀ 500 ਦਵਾਈ ਵੀ ਨਹੀਂ ਆਉਂਦੀ ਅਸੀਂ ਇਹਨੂੰ ਇੰਨੀ ਪੈਨਸ਼ਨ ਕੀ ਕਰਾਂਗੇ 250 ਰੁਪਇਆ ਸਾਨੂੰ 2 ਮਹੀਨੇ ਬਾਅਦ 3 ਮਹੀਨੇ ਬਾਅਦ ਮਿਲ ਗਿਆ ਮਿਲ ਗਿਆ ਬਾਕੀ ਨਾ ਸਾਨੂੰ ਕੋਈ ਆਟਾ ਨਾ ਕੋਈ ਦਾਲ ਨਾ ਸਾਡੇ ਕੋਲ ਪੈਲੀ ਨਾ ਸਾਡੇ ਬੱਚਿਆਂ ਨੂੰ ਕੋਈ ਨੌਕਰੀ ਨਾ ਕੁਛ ਕੁਛ ਵੀ ਨਹੀਂ ਵਧਣੀ ਚਾਹੀਦੀ ਪੈਨਸ਼ਨ ਤੇ ਨਾਲ ਸਾਡੇ ਬੱਚੇ ਛੋਟੇ ਆ ਮੇਰਾ ਕਮਰਾ ਪਲਸਤਰ ਹੋਣਾ ਚਾਹੀਦਾ ਨਾ ਮੇਰੇ ਘਰ ਲੈਟਰੀਨ ਨਾ ਬਾਥਰੂਮ ਤੇ ਮੇਰੇ 2 ਬੱਚੇ ਹਾਂਜੀ ਇਹਦੇ ਨਾਲ ਸਰ ਕੁਛ ਨਹੀਂ ਬਣਦਾ ਕੀ ਚਾਹੀਦਾ ਸਰਕਾਰ ਨੂੰ ਕਿੰਨੀ ਪੈਨਸ਼ਨ ਹੋਣੀ ਚਾਹੀਦੀ ਲੋੜਵੰਦਾਂ ਲਈ ਤਾਂ ਸਰ 2000 ਤੋਂ ਪਰੇ ਹੋਣੀ ਚਾਹੀਦੀ ਆ